ਲੁਧਿਆਣਾ ਦੇ ਧਾਂਦਰਾ ਰੋਡ ਤੇ ਇੱਕ ਪਤੀ ਵੱਲੋਂ ਆਪਣੀ ਪਤਨੀ ਨਾਲ ਗਲਾ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਜਦੋਂ ਪੁਲਿਸ ਪਹੁੰਚੀ ਤਾਂ ਪਤੀ ਨੇ ਵੇਖਿਆ ਕਿ ਘਰਵਾਲੀ ਦੇ ਸਾਹ ਅਜੇ ਵੀ ਚੱਲ ਰਹੇ ਨੇ, ਤਾਂ ਉਸਨੇ ਪੁਲਿਸ ਦੇ ਸਾਹਮਣੇ ਵੀ ਗਲਾ ਘੁੱਟ ਕੇ ਉਸਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਮੌਜੂਦ ਲੋਕਾਂ ਨੇ ਪਤੀ ਦੀ ਵੀਡੀਓ ਬਣਾ ਲਈ ਅਤੇ ਪੁਲਿਸ ਨੇ ਔਰਤ ਨੂੰ ਬਚਾ ਲਿਆ। ਕਿਹਾ ਜਾਂਦਾ ਹੈ ਕਿ ਆਰੋਪੀ ਨੂੰ ਜੂਆ ਖੇਡਣ ਦੀ ਲੱਤ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਪਤੀ ਜੂਏ ਦੇ ਵਿੱਚ ਵੱਡੀ ਰਕਮ ਹਾਰ ਚੁੱਕਿਆ ਅਤੇ ਘਰਵਾਲੀ ਨੂੰ ਆਪਣੇ ਪੇਕੇ ਤੋਂ ਹੋਰ ਪੈਸੇ ਲਿਆਉਣ ਦੀ ਮੰਗ ਕਰ ਰਿਹਾ ਸੀ। ਬੇਸ਼ੱਕ ਆਰੋਪੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜ਼ਿਆਦਾ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹਨਾਂ ਦੱਸਿਆ ਕਿ ਪੀੜਿਤ ਮਹਿਲਾ ਅਜੇ ਬਿਆਨ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ। ਇਹ ਅਸੀਂ ਰਣਜੀਤ ਸਿੰਘ ਨੂੰ ਪਤਾ ਉਹਦੇ ਬਾਰੇ ਜ਼ਿਆਦਾ, ਉਹ ਅਜੇ ਅਨਫਿਟ ਆ। ਉੱਦਾਂ ਠੀਕ ਆ ਜੀ, ਬਿਲਕੁਲ ਠੀਕ ਆ। ਨਹੀਂ ਉਹਦੇ ਬਾਰੇ ਨਹੀਂ ਜ਼ਿਆਦਾ। ਲੁਧਿਆਣਾ ਲਾਈਵ ਦੇ ਲਈ ਟਿੰਕਾ ਜੱਟ ਦੀ ਰਿਪੋਰਟ।